ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲੱਗ ਰਹੇ ਨੇ ਜੋਸ਼ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਥੇ ਇਕੱਠ ਵੱਧ ਰਿਹਾ ਹਰਿਆਣੇ ਵਾਲੇ ਪਾਸੇ ਇਕੱਠ ਵੱਧਦਾ ਜਾਂਦਾ ਔਰ ਹੁਣ ਵੱਡੇ ਹਜ਼ੂਮ ਦੇ ਵਿੱਚ ਉੱਥੇ ਇਕੱਠ ਹੈ ਇਸੇ ਤਰ੍ਹਾਂ ਦਿੱਲੀ ਵਾਲੇ ਪਾਸੇ ਵੀ ਹੁਣ ਇਕੱਠ ਵੱਧ ਰਿਹਾ ਦੋਨੇ ਪਾਸੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਆ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਕਿਸਾਨ ਕਨਫਿਊਜ਼ ਸੀਗੇ ਵੀ ਕੀ ਫੈਸਲਾ ਪਰ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਉਹ ਅਮਿਤ ਸ਼ਾਹ ਦੇ ਵੱਲੋਂ ਦਿੱਤੀ ਹੋਈ ਜਗ੍ਹਾ ਦਿੱਲੀ ਪੁਲਿਸ ਵੱਲੋਂ ਦਿੱਤੀ ਹੋਈ ਜਗ੍ਹਾ 'ਤੇ ਬਿਲਕੁਲ ਨਹੀਂ ਜਾਣਗੇ ਸਤਿ ਸ਼੍ਰੀ ਅਕਾਲ ਦੋਸਤੋ ਜ਼ਿੰਦਾਬਾਦ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਦਿੱਲੀ ਦੇ ਹਾਲਾਤ ਦਿਖਾਉਣ ਦੇ ਲਈ ਲੈ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਕਿ ਮੈਂ ਇਸ ਟਾਈਮ ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਨੇ ਘਰਾਂ 'ਚ ਨੇ ਈਵਨ ਜਿਹੜੇ ਪਰਦੇਸੀ ਲੋਕ ਨੇ ਜਾਂ ਬੀਬੀਆਂ ਨੇ ਸਾਰਿਆਂ ਦੇ ਮਨ ਦੇ ਵਿੱਚ ਲੂਣੀਆਂ ਉੱਠ ਰਹੀਆਂ ਨੇ ਕਿ ਅਸੀਂ ਵੀ ਕਾਸ਼ ਉੱਤੇ ਹੁੰਦੇ ਅਸੀਂ ਵੀ ਕਿਸਾਨਾਂ ਦੀ ਮਦਦ ਕਰ ਸਕਦੇ ਉਹਨਾਂ ਲਈ ਅਸੀਂ ਰਿਪੋਰਟ ਇੱਕ ਤੁਹਾਡੇ ਸਾਹਮਣੇ ਲੈ ਕੇ ਆਏ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਕੀ ਹਾਲਾਤ ਨੇ ਇਸ ਟਾਈਮ ਮੈਂ ਦਿੱਲੀ ਦੇ ਇਲਾਕੇ ਦੇ ਵਿੱਚ ਖੜ੍ਹਾ ਜਿਹੜਾ ਇੱਥੇ ਸਿੰਘੂ ਬਾਰਡਰ ਹੈ ਔਰ ਇਹਦੇ ਮੈਂ ਅੰਦਰਲੇ ਪਾਸੇ ਖੜ੍ਹਾ ਇਸ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖੀਆਂ ਸੀਗੀਆਂ ਜਿਹੜੀਆਂ ਮਤਲਬ ਹਰਿਆਣੇ ਵਾਲੇ ਪਾਸੇ ਸੀਗੀਆਂ ਜਿੱਥੇ ਆਪਣਾ ਇੱਕ ਧਰਨਾ ਲੱਗਿਆ ਹੋਇਆ ਕਿਸਾਨਾਂ ਨੇ ਇੱਕ ਉੱਥੇ ਮੋਰਚਾ ਲਾਇਆ ਹੋਇਆ ਅਲੱਗ ਅਲੱਗ ਜਥੇਬੰਦੀਆਂ 31 ਜਥੇਬੰਦੀਆਂ ਇਕੱਠੀਆਂ ਹੋ ਕੇ ਉੱਥੇ ਆਈਆਂ ਸੀ ਅਤੇ ਅੱਜ ਹੁਣੇ ਇਸੇ ਵਕਤ ਜਿਹੜਾ ਅੱਧਾ ਪੌਣਾ ਘੰਟਾ ਪਹਿਲਾਂ ਇੱਥੇ ਕਿਸਾਨ ਸੰਘਰਸ਼ ਕਮੇਟੀ ਜਿਹੜੀ ਅੰਮ੍ਰਿਤਸਰ ਤੋਂ ਟਰਾਲੀਆਂ ਦੇ ਟਰਾਲੀਆਂ ਭਰ ਕੇ ਲੋਕ ਆਏ ਨੇ ਉਹਨਾਂ ਨੇ ਦਿੱਲੀ ਦੇ ਅੰਦਰਲੇ ਪਾਸੇ ਆ ਕੇ ਇੱਥੇ ਧਰਨਾ ਲਾਇਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਔਰ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇੱਥੇ ਦਿੱਲੀ ਦੇ ਅੰਦਰਲੇ ਪਾਸੇ ਜਿਹੜਾ ਧਰਨਾ ਲੱਗਿਆ ਕਿਸਾਨ ਸੰਘਰਸ਼ ਕਮੇਟੀ ਦਾ ਮਤਲਬ ਬਾਰਡਰ ਸਿੰਘੂ ਬਾਰਡਰ ਹੈ ਜਿਹੜਾ ਉਹ ਦੋਨੇ ਪਾਸਿਓਂ ਸੀਲ ਕਰ ਲਿਆ ਕਿਸਾਨਾਂ ਨੇ ਭਾਰੀ ਮਾਤਰਾ ਦੇ ਵਿੱਚ ਇੱਥੇ ਫੌਜ ਬੁਲਾਈ ਜਾ ਰਹੀ ਹੈ ਪੁਲਿਸ ਤਾਇਨਾਤ ਕੀਤੀ ਗਈ ਹੈ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲੱਗ ਰਹੇ ਨੇ ਜੋਸ਼ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਥੇ ਇਕੱਠ ਵੱਧ ਰਿਹਾ ਜਿਵੇਂ ਬਾਰਡਰ ਤੋਂ ਪਰਲੇ ਪਾਸੇ ਹਰਿਆਣੇ ਵਾਲੇ ਪਾਸੇ ਇਕੱਠ ਵੱਧਦਾ ਜਾਂਦਾ ਔਰ ਹੁਣ ਵੱਡੇ ਹਜ਼ੂਮ ਦੇ ਵਿੱਚ ਉੱਥੇ ਇਕੱਠ ਹੈ ਇਸੇ ਤਰ੍ਹਾਂ ਦਿੱਲੀ ਵਾਲੇ ਪਾਸੇ ਵੀ ਹੁਣ ਇਕੱਠ ਵੱਧ ਰਿਹਾ ਦੋਨੇ ਪਾਸੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਆ ਅਤੇ ਇਹੋ ਜਿਹੇ ਹਾਲਾਤਾਂ ਨੂੰ ਦੇਖ ਕੇ ਜ਼ਰੂਰ ਲੱਗਦਾ ਕਿ ਮੋਦੀ ਸਰਕਾਰ ਨੂੰ ਝੁਕਣਾ ਪਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਅੰਮ੍ਰਿਤਸਰ ਮਾਝ ਏਰੀਏ ਤੋਂ ਇਹ ਕਿਸਾਨ ਇੱਥੋਂ ਆਏ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲੱਗ ਰਹੇ ਨੇ ਔਰ ਆਪਣੇ ਜਜ਼ਬੇ ਨੂੰ ਇੱਥੇ ਲੈ ਕੇ ਆਏ ਨੇ ਜਿੱਤ ਪ੍ਰਾਪਤ ਕਰਨ ਦੇ ਲਈ ਆਏ ਨੇ ਦਿੱਲੀ ਦੇ ਅੰਦਰਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ ਇਲਾਕੇ ਦੇ ਵਿੱਚ ਖੜ੍ਹੇ ਹਾਂ ਬਾਰਡਰ ਤੋਂ ਪਰਲੇ ਪਾਸੇ ਜੋ 30 ਜਥੇਬੰਦੀਆਂ 31 ਜਥੇਬੰਦੀਆਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਉੱਥੇ ਵੀ ਲਗਾਤਾਰ ਸਟੇਜ ਤੋਂ ਸੰਬੋਧਨ ਕੀਤੇ ਜਾ ਰਹੇ ਨੇ ਇੱਥੇ ਵੀ ਲਗਾਤਾਰ ਬੁਲਾਰੇ ਬੋਲ ਰਹੇ ਨੇ ਔਰ ਰੁੱਤਕ ਵਾਲੇ ਪਾਸੇ ਜਿਹੜਾ ਬਹਾਦਰਗੜ੍ਹ ਦੇ ਕੋਲ ਜਿਹੜਾ ਬਾਰਡਰ ਪੈਂਦਾ ਉਸ ਬਾਰਡਰ 'ਤੇ ਵੀ ਕਿਸਾਨ ਤਾਇਨਾਤ ਨੇ ਅਤੇ ਹੋਰ ਜਿਹੜੇ ਯੂਪੀ ਤੋਂ ਹਰਿਆਣੇ ਦੇ ਹੋਰ ਵੀ ਅਲੱਗ ਅਲੱਗ ਸਟੇਟਸ ਤੋਂ ਜਿਹੜੇ ਕਿਸਾਨ ਆ ਰਹੇ ਨੇ ਉਹ ਜਿਹੜੇ ਬਚੇ ਖੁਚੇ ਬਾਰਡਰਸ ਨੇ ਉਹਨਾਂ ਬਾਰਡਰਸ ਦੇ ਉੱਤੇ ਕਬਜ਼ਾ ਕਰ ਰਹੇ ਨੇ ਸਾਡੀ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਕਿਸਾਨ ਕਨਫਿਊਜ਼ ਸੀਗੇ ਵੀ ਕੀ ਫੈਸਲਾ ਪਰ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਉਹ ਅਮਿਤ ਸ਼ਾਹ ਦੇ ਵੱਲੋਂ ਦਿੱਤੀ ਹੋਈ ਜਗ੍ਹਾ ਦਿੱਲੀ ਪੁਲਿਸ ਵੱਲੋਂ ਦਿੱਤੀ ਹੋਈ ਜਗ੍ਹਾ 'ਤੇ ਬਿਲਕੁਲ ਨਹੀਂ ਜਾਣਗੇ ਕਿਉਂਕਿ ਉਹ ਇੱਕ ਸਿਆਸਤ ਦੇ ਨਾਲ ਰੰਗੀ ਹੋਈ ਗੱਲ ਹੈ ਕਿ ਉੱਥੇ ਜਾ ਕੇ ਇਕੱਠ ਕਰਕੇ ਇਹਨਾਂ ਦਾ ਮੋਰਚਾ ਠੰਡਾ ਕੀਤਾ ਜਾਵੇ ਪਰ ਕਿਸਾਨਾਂ ਨੇ ਇਹ ਫੈਸਲਾ ਧਾਰ ਲਿਆ ਇਹ ਫੈਸਲਾ ਹੁਣ ਆ ਗਿਆ ਇਹਦੇ 'ਚ ਕੋਈ ਕਨਫਿਊਜ਼ਨ ਨਹੀਂ ਰਹਿ ਗਈ ਹੈ ਕਿ ਜਿਹੜਾ ਦਿੱਲੀ ਨੂੰ ਚਾਰੇ ਪਾਸੋਂ ਘੇਰਿਆ ਜਾਏਗਾ ਜਿਹੜੇ ਕੁਛ ਕੁ ਬਾਰਡਰ ਰਹਿ ਗਏ ਉੱਥੇ ਵੀ ਜਿਹੜੇ ਕਿਸਾਨ ਕੱਲ੍ਹ ਜਾਂ ਪਰਸੋਂ ਤੱਕ ਪਹੁੰਚ ਜਾਣਗੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਹੇ ਨੇ ਜਦੋਂ ਅਸੀਂ ਆ ਰਹੇ ਸੀ ਇਸ ਰੋਹਤਕ ਵਾਲੇ ਰਸਤੇ ਦੇ ਵਿੱਚ ਦੀ ਤਾਂ ਕਿੰਨੀਆਂ ਟਰਾਲੀਆਂ ਹਜੇ ਤੱਕ ਵੀ ਭਰ ਕੇ ਆ ਰਹੀਆਂ ਸੀ ਲਗਾਤਾਰ ਕਿਸਾਨ ਇੱਥੇ ਪਹੁੰਚ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿੱਲੀ ਬਾਰਡਰ ਦੇ ਅੰਦਰਲੇ ਪਾਸੇ ਦੀਆਂ ਦਿੱਲੀ ਦੇ ਇਲਾਕੇ ਦੇ ਵਿੱਚ ਦੀਆਂ ਦਿਖਾ ਰਹੇ ਹਾਂ ਦਿੱਲੀ ਦੇ ਬਾਰਡਰ ਦੇ ਪਰਲੇ ਪਾਸੇ ਹਰਿਆਣੇ ਵਾਲੇ ਪਾਸੇ ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਉਂਦੇ ਰਹੇ ਹਾਂ ਅਸੀਂ ਇਹ ਹੁਣੇ ਹੁਣੇ ਇੱਥੇ ਕਿਸਾਨ ਸੰਘਰਸ਼ ਕਮੇਟੀ ਪਹੁੰਚੀ ਹੈ ਕਿਉਂਕਿ ਪੁਲਿਸ ਇਹਨਾਂ ਨੂੰ ਜਿਹੜੇ ਅੰਦਰ ਪਰਲੇ ਪਾਸੇ ਇੱਕ ਵਾਰੀ ਗਏ ਨੇ ਉਹਨਾਂ ਨੂੰ ਇੱਧਰ ਨਹੀਂ ਆਉਣ ਦੇ ਰਹੀ ਸੋ ਇਹਨਾਂ ਦੇ ਵਹੀਕਲਸ ਇੱਧਰ ਨੇ ਇਹ ਇੱਕ ਵਾਰੀ ਉੱਧਰ ਚਲੇ ਗਏ ਤਾਂ ਪੁਲਿਸ ਨੇ ਇੱਧਰ ਆਉਣ ਨਹੀਂ ਦੇਣਾ ਇਸ ਕਰਕੇ ਇਹਨਾਂ ਦਾ ਸੰਘਰਸ਼ ਇੱਥੇ ਹੀ ਹੈ ਹੁਣ ਬਾਰਡਰ ਦੇ ਦੋਨੇ ਪਾਸੇ ਕਿਸਾਨ ਤਾਇਨਾਤ ਹੋ ਗਏ ਨੇ ਅਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਹਜ਼ੂਮ ਇਸ ਹਜ਼ੂਮ ਦੇ ਵਿੱਚ ਇਕੱਠ ਦੇ ਵਿੱਚ ਜਜ਼ਬਾ ਦਿਖਦਾ ਜੋਸ਼ ਦਿਖਦਾ ਰੰਗ ਦਿਖਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੀ ਨੇੜੇ ਆ ਗਿਆ ਉਹ ਝਲਕ ਦਿਖਦੀ ਹੈ ਗੁਰੂ ਸਾਹਿਬਾਨਾਂ ਦੀ ਮਿਹਰਬਾਨੀ ਦੀ ਮੈਨੂੰ ਲੱਗਦਾ ਕਿ ਕਿਸਾਨ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਣਗੇ ਅਤੇ ਮੋਦੀ ਸਰਕਾਰ ਨੂੰ ਇਹਦੇ ਅੱਗੇ ਝੁਕਣਾ ਪਵੇਗਾ
ਗੱਲ ਕਰ ਲਓ।